ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਬੱਚੇ ਇਸ ਵੀਡੀਓ ਦੇ ਵਿੱਚ ਅਸੀਂ MCQs ਕਰਨ ਜਾ ਰਹੇ ਹਾਂ ਜੋ ਕਿ 4th ਯੂਨਿਟ ਦੇ ਆ ਵਿਚ ਆਰ ਮੋਸਟ 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 ਇੰਪੋਰਟੈਂਟ ਕੁਐਸਚਨਸ ਸੋ ਬੱਚੇ 100% ਸ਼ੋਰ ਆ ਕਿ ਇਹਦੇ ਵਿੱਚ ਤੁਹਾਨੂੰ ਜਿਹੜੇ MCQs ਪੇਪਰ ਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨਸ ਮਿਲ ਜਾਣਗੇ ਸੋ ਇਹ ਤੋਂ ਬਾਅਦ ਬੱਚੇ ਇੱਕ PDF ਹੋਏਗੀ ਇਹ ਬੁੱਕ ਦੇ ਕੁਐਸਚਨਸ ਆ ਔਰ PDF ਹੋਏਗੀ PDF ਵਾਲੇ ਕੁਐਸਚਨ ਖੁਦ ਕਰਕੇ ਦੇਖਣਾ ਬੱਚੇ 100% ਸ਼ੋਰ ਆ ਕਿ ਤੁਹਾਨੂੰ ਪੇਪਰ ਦੇ ਵਿੱਚ MCQs ਮਿਲ ਜਾਣਗੇ ਫਸਟ ਕੁਸ਼ਨ ਦੇਖੋ ਡਿਮੈਨਸ਼ਨਲ ਫਾਰਮੂਲਾ ਫਾਰ ਵਰਕ ਇਜ਼ ਸੋ ਵਰਕ ਦਾ ਡਿਮੈਨਸ਼ਨਲ ਫਾਰਮੂਲਾ ਆ ਉਹ ਕੀ ਹੁੰਦਾ ਆ ਐਮ ਐਲ ਸਕੁਅਰ ਟੀ ਮਾਈਨਸ 2 ਸੈਕੰਡ ਆ ਵਰਕ ਡਨ ਬਾਈ ਦਾ ਫੋਰਸ ਬੱਚੇ ਫੋਰਸ ਤੁਹਾਨੂੰ 기ਵਨ ਆ ਡਿਸਪਲੇਸਮੈਂਟ ਐਸ 기ਵਨ ਆ ਸੋ ਵਰਕ ਡਨ ਕਿਤੇ ਹੁੰਦਾ ਆ ਫੋਰਸ ਇੰਟੂ ਡਿਸਪਲੇਸਮੈਂਟ ਇਹਦਾ ਮਤਲਬ ਫੋਰਸ ਨੂੰ ਅਸੀਂ ਡਿਸਪਲੇਸਮੈਂਟ ਦੇ ਨਾਲ ਮਲਟੀਪਲਾਈ ਕਰਨਾ ਬੱਚੇ ਰੂਲ ਕੀ ਹੁੰਦਾ ਆ ਆਈ ਨੂੰ ਆਈ ਦੇ ਨਾਲ ਜੇ ਨੂੰ ਜੇ ਦੇ ਨਾਲ ਔਰ ਕੇ ਨੂੰ ਕੇ ਦੇ ਨਾਲ ਹੀ ਮਲਟੀਪਲਾਈ ਜਿਹੜਾ ਆ ਅਸੀਂ ਕਰ ਸਕਦੇ ਆਂ सो साडा आंसर की आएगा ध्यान में देखो इतने वन टू वन जा टू 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 जा फोर फाइव टू जा टेन ठीक है माइनस दे टेन सो सिक्स माइनस टेन साढ़े को कि माइनस दे फोर जाऊल सो डी ऑप्शन इज़ द रइट आंसर थर्ड क्वेश्चन देखो एरिया अंडर फोर्स डिसप्लेसमेंट ग्राफ इज़ इक्वल टू सो वचिद आंसर आएगा वर्कडन او نیکسٹ اور باڈی ہیز ا یونیفارم سرکلر موشن وچ اف دا کوانٹیٹی اف ا باڈی ریمینز دا سیم جدی اک باڈی یونیفارم موشن دے اندر آ تا او دے وچ کیڑی کوانٹیٹی ہے جڑی سیم رہندی ہے وچ از کائنیٹک انرجی اگر سیم موشن دے نال کیونکہ ایتھے ورڈ یوز کیتا بچہ یونیفارم سرکلر موشن اے دا مطلب ویلوسٹی چینج نہیں ہو رہی اے دا مطلب کائنیٹک انرجی کدے کروندی ہے 1/2 mv2 1/2 mv2 ویلوسٹی چینج نہیں ہو رہی اے دا مطلب کائنیٹک انرجی جڑی ہے سیم رہے گی ਨੈਕਸਟਾ ਇਲੈਕਟ੍ਰੋਨ ਵੋਲਟ ਇਜ਼ ਅ ਯੂਨਿਟ ਆਫ ਥਿਸ ਇਜ਼ ਮੋਸਟ ਇੰਪੋਰਟੈਂਟ ਇਲੈਕਟ੍ਰੋਨ ਵੋਲਟ ਕਿਦੇ ਯੂਨਿਟਸ ਆ એનર્ਜੀ ਦੇ ਨੈਕਸਟ ਆ ਅ ਬੱਸ ਐਂਡ ਅ ਕਾਰ ਹੈਵਿੰਗ ਦਾ ਸੇਮ ਮੋਮੈਂਟਮ ਸੋ ਦੋਨੋ ਦਾ ਮੋਮੈਂਟਮ ਪੀ ਸੇਮ ਆ ਇਫ ਕਾਈਨੈਟਿਕ એનર્ਜੀ ਆਫ ਅ ਬੱਸ ਇਜ਼ ਕੇ1 ਟੇਕ ਕਾਈਨੈਟਿਕ એનર્ਜੀ ਆਫ ਕਾਰ ਦੀ ਕਿੰਨੀ ਆ ਕੇ2 ਤਾਂ ਕਿਹੜੀ ਚੀਜ਼ ਆ ਜਿਹੜੀ ਕਿ ਗ੍ਰੇਟਰ ਯਾ ਲੈਸਰ ਥੈਨ ਹੋਏਗੀ ਸੋ ਬੱਚੇ ਕਾਈਨੈਟਿਕ એનર્ਜੀ ਦਾ ਫਾਰਮੂਲਾ ਕੀ ਹੁੰਦਾ ਆ ਪੀ ਸਕੁਅਰ ਡਿਵਾਈਡਿਡ ਬਾਈ 2m ਠੀਕ ਹੈ ਇਹ ਤੁਹਾਡਾ ਕਾਈਨੇਟਿਕ એનર્ਜੀ ਆ ਅਗਰ ਪੀ ਦੋਨਾਂ ਦਾ ਸੇਮ ਆ ਤਾਂ ਇਹਦਾ ਮਤਲਬ ਕਿਹੜੀ ਚੀਜ਼ ਤੇ ਹੋਰ ਡਿਪੈਂਡ ਕਰ ਰਿਹਾ ਮਾਸ ਤੇ ਇਹਦਾ ਮਤਲਬ ਜੇ ਦਾ ਮਾਸ ਜ਼ਿਆਦਾ ਹੋਏਗਾ ਉਹਦੀ ਕਾਈਨੇਟਿਕ એનર્ਜੀ ਘੱਟ ਹੋਏਗੀ ਜੇ ਦਾ ਮਾਸ ਘੱਟ ਹੋਏਗਾ ਉਹਦੀ ਕਾਈਨੇਟਿਕ એનર્ਜੀ ਜ਼ਿਆਦਾ ਹੋਏਗੀ ਹੁਣ ਸਾਡੇ ਕੋਲ ਇੱਕ ਬੱਸ ਆ ਤੇ ਇੱਕ ਕਾਰ ਆ ਡੈਫੀਨੇਟਲੀ ਬੱਚੇ ਕਾਰ ਦਾ ਜਿਹੜਾ ਭਾਰ ਆ ਉਹ ਘੱਟ ਹੋਏਗਾ ਤਾਂ ਮਤਲਬ ਉਹਦੀ ਕਾਈਨੇਟਿਕ એનર્ਜੀ ਜ਼ਿਆਦਾ ਹੋਏਗੀ ਸੋ K2 ਕੀ ਹੋਏਗਾ ਜ਼ਿਆਦਾ ਹੋਏਗਾ ਸੋ 6th ਦਾ ਬੱਚੇ ਕੀ ਆ ਜਾਏਗਾ K2 ਵੱਡਾ ਹੈ ਤਾਂ B ਆਪਸ਼ਨ ਆ ਜਾਈਗੀ K2 ਇਸ ਗ੍ਰੇਟਰ ਦਨ K1 ਨੈਕਸਟ ਦੇਖੋ ਅ ਪ੍ਰੋਜੈਕਟਾਈਲ ਹੈਵਿੰਗ ਅ ਇਨੀਸ਼ੀਅਲ ਕਾਈਨੇਟਿਕ એનર્ਜੀ 60 ਜੌਲ ਇਨੀਸ਼ੀਅਲ ਕਾਈਨੇਟਿਕ એનર્ਜੀ ਕਿੰਨੀ ਆ 60 ਹੈ ਇਸ ਪ੍ਰੋਜੈਕਟਡ ਐਟ ਐਨ ਐਂਗਲ ਆਫ 45 ਡਿਗਰੀ ਸਾਨੂੰ θ ਐਂਗਲ 기ਵਨ ਹੈ विद अरीजोंटल बच्चे हॉरीजोंटल आ हॉरीजोंटल मतलब यू कोस थीटा असी यूज करा वट इज़ द कनैटिक एनर्जी ऑफ प्रोजेक्टाइज एट द हाई हाईएसट पॉइंट ऑफ द चि टजैक्टरी सो टजैक्टरी से अभी हाईएस पॉइंट से कनैटिक एनर्जी फाइंड आउट करनी आ सो कनैटिक एनर्जी किएगी हाफ एम वी स्केयर वी जगह पर बच्चे हॉरीजोंटल यूज़ करना सो यू कोज थीटा द होल स्केयर सो फाइनली वी गैट हाफ एम यू स्केयर cos square theta ਹੁਣ ਧਿਆਨ ਨਾਲ ਦੇਖੋ ਅਸੀਂ ਇਧੀਆਂ ਵੈਲਿਊਜ਼ ਪੁੱਟ ਕਰਨੀਆਂ ਜਿੱਦੀ ਬੱਚੇ ਦੀ ਕਾਈਨੈਟਿਕ એનર્ਜੀ ਸਾਨੂੰ 기ਵਨ ਹੈ 60 ਇਹਦਾ ਮਤਲਬ ਆ ਪੂਰੀ ਟਰਮ ਦੀ ਜਗ੍ਹਾ ਤੇ ਲਿਖ ਦਿੱਤਾ 60 cos square 45 cos square 45 ਕਿੰਨਾ ਹੁੰਦਾ ਸਾਡਾ ਬੱਚੇ 1/2 1/ √2 ਸੋ 1 √2 so, 1 ਦਾ ਹੋਲ ਸਕੁਅਰ ਸਕੁਅਰ ਦੇ ਨਾਲ ਅੰਡਰ ਰੂਟ ਕੱਟਿਆ ਗਿਆ ਤਾਂ ਆ ਗਿਆ 60 ਮਲਟੀਪਲਾਈ ਬਾਈ 1 ਓਵਰ 2 ਸੋ ਕਟਿੰਗ ਕਰਕੇ ਆ ਗਿਆ ਸਾਡਾ 30 ਜੌਲ ਆਨਸਰ ਸੋ ਦੇਖ ਲਓ ਬੱਚੇ 30 ਜੌਲ ਮਤਲਬ ਕਿ ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖੋ ਪੋਟੈਂਸ਼ੀਅਲ એનર્ਜੀ ਆਫ ਅ ਸਪ੍ਰਿੰਗ ਵੈਨ ਸਪ੍ਰਿੰਗ ਥਰੋ 100 10 ਸੈਂਟੀਮੀਟਰ ਇਜ਼ 5 ਜੌਲ ਜਦੋਂ ਅਸੀਂ ਉਹਨੂੰ ਸਟ੍ਰੈਚ ਕੀਤਾ ਇੱਕ ਸਪ੍ਰਿੰਗ ਆ ਜਿਹਦੀ એનર્ਜੀ ਆ when stretched to throw 10 cm ਜਦੋਂ ਉਹਨੂੰ 10 cm ਬਾਹਰ ਵੱਲ ਖਿੱਚਿਆ ਗਿਆ ਇਸ 5 ਜੌਲ ਉਤੇ ਵਰਕ ਕਿੰਨਾ ਹੋਇਆ 5 ਜੌਲ ਦੋ ਵਰਕ ਡਨ ਟੂ ਸਟ੍ਰੈਚ ਦ ਸਪ੍ਰਿੰਗ ਥਰੋ ਐਨ ਅਡੀਸ਼ਨ ਅਡੀਸ਼ਨਲ ਡਿਸਟੈਂਸ ਮੰਨ ਲਓ 10 cm ਤੁਸੀਂ ਉਹਨੂੰ ਹੋਰ ਖਿੱਚਣਾ ਹੈ ਤਾਂ ਕੀ ਹੋਏਗਾ ਸੋ ਧਿਆਨ ਨਾਲ ਕੁਸ਼ਣ ਦੇਖੋ ਬੱਚੇ ਸਾਨੂੰ ਪਤਾ ਸਪ੍ਰਿੰਗ ਕਨਸਟੈਂਟ 1/2 kx ਕਿਹਦੇ ਇਕੁਅਲ ਦਿੱਤਾ ਹੋਇਆ ਸਾਨੂੰ 5 ਜੌਲ ਸੋ ਅਸੀਂ ਲਿਖ ਦਿੱਤਾ 5 ਜੌਲ ਸੋ ਇੱਥੋਂ ਆ ਗਿਆ kx² R2 ਉੱਧਰ ਮਲਟੀਪਲਾਈ ਹੋ ਗਿਆ ਤਾਂ ਆ ਗਿਆ 10 ਇੱਥੋਂ K ਦੀ ਵੈਲਿਊ ਨਿਕਾਲ ਲਓ 10 ਡਿਵਾਈਡਿਡ ਬਾਈ X ਸਕੁਅਰ ਠੀਕ ਹੈ ਜੀ ਸੋ X ਸਕੁਅਰ ਕਿੰਨਾ ਆਇਆ 10 ਸੈਂਟੀਮੀਟਰ ਮੀਟਰ ਨੂੰ ਸੈਂਟੀਮੀਟਰ ਨੂੰ ਮੀਟਰ ਚ ਕਨਵਰਟ ਕੀਤਾ 0.1 ਦਾ ਹੋਲ ਸਕੁਅਰ ਸੋ ਆਹ ਸੌਰੀ ਨੂੰ ਬੱਚੇ ਸੋਲਵ ਕਰੋ ਵੀ ਗੇਟ 1000 ਨਿਊਟਨ ਪਰ ਮੀਟਰ ਸੋ ਆਹ ਤੁਹਾਡਾ ਆ ਗਿਆ K ਦਾ ਆਨਸਰ ਕਨਸਟੈਂਟ ਹੁਣ ਅਸੀਂ ਕੀ ਕਰਨਾ ਹੈ ਉਹਨਾਂ ਨੇ ਕਿਹਾ ਆ ਫਾਈਨਲੀ ਜਿਹੜਾ ਆ ਅਸੀਂ ਉਹਨੂੰ ਸਟ੍ਰੈਚ ਕੀਤਾ ਫਾਈਨਲੀ 스프링 ਨੂੰ ਸਟ੍ਰੈਚ ਕੀਤਾ ਤਾਂ ਡਿਸਟੈਂਸ ਜਿਹੜਾ ਆ ਉਹ x ਡੈਸ਼ ਦਾ ਸਕੁਅਰ ਹੋ ਗਿਆ x1 ਲੈ ਲਓ x ਡੈਸ਼ ਲੈ ਲਓ x ਕੁਝ ਵੀ ਲੈ ਲਓ ਮਤਲਬ ਪਹਿਲੇ ਨਾਲੋਂ ਅਸੀਂ ਡਿਫਰੈਂਟ ਲੈਣਾ ਸੋ ਹਾਫ k ਦਾ ਆਨਸਰ ਕਿੰਨਾ ਆਇਆ 1000 ਫਰਦਰ ਉਹਨੂੰ ਕਿੰਨਾ ਅਸੀਂ ਚੇਂਜ ਕੀਤਾ 10 ਸੈਂਟੀਮੀਟਰ ਇਹਦਾ ਮਤਲਬ 10 10 ਕਿੰਨਾ ਹੋ ਗਿਆ ਟੋਟਲ 20 ਸੈਂਟੀਮੀਟਰ 20 ਨੂੰ ਮੀਟਰ ਚ ਕਨਵਰਟ ਕੀਤਾ 0.2 ਦਾ ਹੋਲ ਸਕੇਅਰ ਸੋ ਇਹਨੂੰ ਸਾਰੇ ਨੂੰ ਬੱਚੇ ਸੋਲਵ ਕਰਕੇ ਦੇਖ ਲਓ 50 ਤਾਂ ਆ ਜਾਏਗਾ ਸਾਡਾ 20 ਜਾਊਲ ਇਹਦਾ ਮਤਲਬ ਟੋਟਲ ਵਰਕ ਡਨ ਕਿੰਨਾ ਹੋਇਆ ਟੋਟਲ ਵਰਕ ਡਨ ਸਾਡਾ ਕਿੱਦਾਂ ਨਿਕਾਲਾਂਗੇ ਵਰਕ ਡਨ ਇਜ਼ ਇਕੁਅਲਸ ਟੂ ਫਾਈਨਲ ਪੋਟੈਂਸ਼ੀਅਲ એનર્ਜੀ ਮਾਈਨਸ ਇਨੀਸ਼ੀਅਲ ਪੋਟੈਂਸ਼ੀਅਲ એનર્ਜੀ ਸੋ 15 ਮਾਈਨਸ uh, 20 ਮਾਈਨਸ 15 ਇਸ 5 ਜੂਲ ਸੋ ਬੀ ਆਪਸ਼ਨ ਓ ਸੌਰੀ ਇਟਸ 5 ਫਸਟ ਕਿੰਨਾ ਸੀ 5 ਜੂਲ ਸੋ ਆਹ ਫਾਈਵ ਆ ਬੱਚੇ ਟਵੈਂਟੀ ਚੋਂ ਫਾਈਵ ਨਿਕਾਲੇ ਤਾਂ ਫਿਫਟੀਨ ਜੂਲ ਸੋ ਬੀ ਆਪਸ਼ਨ ਇਜ਼ ਦਾ ਰਾਈਟ ਆਨਸਰ ਨੈਕਸਟ ਆ ਬਲੋਕ ਆਫ ਮਾਸ ਜ਼ੀਰੋ ਪੁਆਇੰਟ ਵਨ ਕੇ ਜੀ ਸਲਾਈਡਸ ਡਾਊਨ ਰਫ ਇਨਕਲਾਈਂਡ ਪਲੇਨ ਇਫ ਦ ਸਪੀਡ ਆਫ ਦ ਬਲੋਕ ਡਿਕਰੀਜ਼ ਫਰੋਮ ਟੈਨ ਮੀਟਰ ਪਰ ਸੈਕਿੰਡ ਟੂ ਫਾਈਵ ਮੀਟਰ ਪਰ ਸੈਕਿੰਡ ਹੁਣ ਵਿਲੋਸਟੀ ਸਾਨੂੰ ਗਿਵਨ ਆ ਉਹਨਾਂ ਨੇ ਕਿਹਾ ਥਰਮਲ ਅਨਰਜੀ ਜਿਹੜੀ ਆ ਉਹ ਪਤਾ ਕਰੋ ਬੱਚੇ ਥਰਮਲ ਅਨਰਜੀ ਕਿਹਦੀ ਇੱਕ ਹੁੰਦੀ ਆ ਹਾਫ ਐਮ V minus half m, final minus half m न, v2 1/2m ਮਤਲਬ ਕਿ ਫਾਈਨਲ ਮਾਈਨਸ ਇਨੀਸ਼ੀਅਲ ਹੁਣ 1/2m ਕਾਮਨ ਆ ਫਾਈਨ v2 v1 ਅਸੀਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਨਾ ਪੁਟ ਦਾ ਵੈਲਿਊਸ ਮਾਸ ਕਿੰਨਾ 기ਵਨ ਹੈ ਬੱਚੇ ਸਾਨੂੰ ਮਾਸ 기ਵਨ ਆ 0.1 kg ਸੋ ਤੁਸੀਂ 0.1 kg ਪੁਟ ਕਰ ਦਿਓ ਠੀਕ ਹੈ ਵੈਲੋਸਟੀ ਕਿਦਾਂ ਸੀ 10 ਮੀਟਰ ਟੂ 5 ਮੀਟਰ ਦੇ ਵਿੱਚ ਘਟ ਸੀ ਸੋ ਫਾਈਨਲ ਵੈਲੋਸਟੀ 5 ਹੋਗੀ ਠੀਕ ਹੈ 5 5 जा? 25 ਇਨੀਸ਼ੀਅਲ ਕਿੰਨੀ ਸੀ 10 10 ਦਾ ਸਕੁਅਰ ਕੀਤਾ ਤਾਂ 100 ਸੋ so, 100 ਚੋ ਬੱਚੇ 25 ਮਾਈਨਸ ਕੀਤੇ ਤਾਂ ਮਾਈਨਸ 75 ਸੋ ਸਾਰੇ ਨੂੰ ਸੋਲਵ ਕਰਕੇ ਦੇਖ ਲਓ ਤੁਹਾਡਾ 75 ਨੂੰ ਬੱਚੇ ਜਦੋਂ ਅਸੀਂ 0.1 ਨਾਲ ਮਲਟੀਪਲਾਈ ਕੀਤਾ ਤਾਂ ਪੁਆਇੰਟਸ ਦੇ ਵਿੱਚ ਆਨਸਰ ਆ ਜਾਏਗਾ ਡਿਵਾਈਡਿਡ ਬਾਈ 2 ਸੋ ਫਾਈਨਲੀ -3.75 ਜਾਊਲ ਜਿਹੜਾ ਤੁਹਾਡਾ ਆਨਸਰ ਆ ਜਾਏਗਾ ਸੀ ਆਪਸ਼ਨ ਨੈਕਸਟ ਦੇਖੋ ਇਫ ਅ ਮੋਮੈਂਟਮ ਆਫ ਅ ਬਾਡੀ ਇਨਕਰੀਜ਼ਸ ਬਾਈ 0.01% ਅਗਰ ਤੁਸੀਂ ਜਿਹੜਾ ਆ ਮੋਮੈਂਟਮ ਇਨਕਰੀਜ਼ ਕਰਦੇ ਆ ਥੈਨ ਕਾਈਨੈਟਿਕ એનર્ਜੀ ਵਿਲ ਬੀ ਇਨਕਰੀਜ਼ ਬਾਈ ਸੋ ਬੱਚੇ ਇਹ ਪਾਰਟਿਕੂਲਰ ਸੀਬੀਐਸਸੀ ਦਾ ਕੁਐਸਚਨ ਹੈ ਬਟ ਪੰਜਾਬ ਵਾਲੇ ਪੰਜਾਬ ਬੋਰਡ ਵਾਲੇ ਕੁਐਸਚਨਸ ਬੱਚੇ ਦੇਖ ਜ਼ਰੂਰ ਲੈਣਾ ਹੁੰਦਾ ਕੀ ਆ ਬੱਚੇ 100 n ਡਿਵਾਈਡਿਡ ਬਾਈ 100 ਦਾ ਹੋਲ ਸਕੁਅਰ 1 ਮਲਟੀਪਲਾਈ ਬਾਈ 100 ਇਹ ਤੁਹਾਡਾ ਫਾਰਮੂਲਾ ਆ ਜਦੋਂ ਵੀ ਤੁਸੀਂ ਕਿਸੇ ਵੀ ਚੀਜ਼ ਦਾ ਇਨਕਰੀਜ਼ ਦੀ ਪਰਸੈਂਟੇਜ ਕਢਣੀਆਂ ਹੁਣ ਕੀ ਨਿਕਾਲ ਰਹੇ ਸੀ ਇਨਕਰੀਜ਼ ਇਨ ਕਨੈਟਿਕ એનર્ਜੀ ਇਕਵਲ ਟੂ ਦਿਸ ਸੋ 100 ਪਲਸ ਐਨ ਦੀ ਵੈਲਿਊ ਦੇਖੋ ਕਿੰਨੀ ਆ 0.01 ਸੋ 0. ਇਟਸ 0.1 ਠੀਕ ਹੈ 0.01 ਡਿਵਾਈਡਡ ਬਾਈ 100 ਦਾ ਹੋਲ ਸਕੁਅਰ ਮਾਈਨਸ 1 ਇਨ ਟੂ 100 ਸੋ ਸਾਰੇ ਨੂੰ ਬੱਚੇ ਸੋਲਵ ਕਰਕੇ ਦੇਖ ਲੈਣਾ ਤੁਹਾਡਾ ਬੀ ਆਪਸ਼ਨ ਆ ਜਾਏਗਾ 0.0 टू नेक्स्ट क्वेश्चन देखो अ बॉडी इज़ मूविंग अनडायरेक्शनली अंडर द इन्फ्लुएंस ऑफ अ सोर्स ऑफ कॉन्सटेंट पावर हूँ थोड़ी पावर जी कॉन्सटेंट आर डिसप्लेसमेंट जी कि होएगी सो डिसप्लेसमेंट होएगी टी इज इक्वल टू थ्री ओवर टू नैक्सट देखो अब gas ball glass ball a of mass 50 g moving with a constant velocity v 3 meter per second along x axis hits another ball b of mass 50 g which is initially at rest pehla initially at rest thi si ਤਾਂ ਵੈਲੋਸਿਟੀਆਂ ਕਹਿੰਦੇ ਉਹਨਾਂ ਦੀਆਂ ਕਿੱਦਾਂ ਦੀਆਂ ਹੋਣਗੀਆਂ ਜਦੋਂ ਵੀ ਦੋ ਬਾਡੀਜ਼ ਜਿਨ੍ਹਾਂ ਦਾ ਮਾਸ ਇਕੁਅਲ ਹੋਵੇ ਤਾਂ ਉਹ ਆਪਣੀ ਜਿਹੜੀ ਵੈਲੋਸਿਟੀਆਂ ਆ ਉਹ ਇੰਟਰਚੇਂਜ ਕਰ ਲੈਣੀਆਂ ਆ ਠੀਕ ਹੈ ਸੋ ਪਹਿਲੇ ਦੀ ਵੈਲੋਸਿਟੀ ਬੱਚੇ ਕਿੰਨੀ ਸੀ 3 ਔਰ ਸੈਕਿੰਡ ਦੀ ਵੈਲੋਸਿਟੀ ਉਹ ਰੈਸਟ ਤੇ ਪਿਆ ਸੀ ਤਾਂ ਜ਼ੀਰੋ ਇਹਦਾ ਮਤਲਬ ਵੀ 1 ਕਿੰਨੀ ਸੀ 3 ਤੇ ਵੀ 2 ਕਿੰਨੀ ਹੋ ਗਈ ਜ਼ੀਰੋ ਬਟ ਜਿੱਦਾਂ ਹੀ ਉਹਨਾਂ ਨੇ ਆਪਸ ਵਿੱਚ ਕੋਲਾਈਡ ਕੀਤਾ ਕੋਲਾਈਡ ਕਰੇਗਾ ਤਾਂ ਜਿਹੜੀ ਵੈਲੋਸਿਟੀਜ਼ ਆ ਉਹ ਇੰਟਰਚੇਂਜ ਹੋ ਜਾਣਗੀਆਂ ਇਹਦਾ ਮਤਲਬ ਹੁਣ ਕੀ ਹੋਏਗਾ V1 ਕਿੰਨਾ ਹੋ ਜਾਏਗਾ 0 ਤੇ V2 ਕਿੰਨਾ ਹੋ ਜਾਏਗਾ 3 ਸੋ ਆਹ ਆਨਸਰ ਆਣਾ ਚਾਹੀਦਾ ਸੋ ਆਪਾਂ ਆਪਸ਼ਨ ਚੈੱਕ ਕਰਦੇ ਹਾਂ ਸੋ ਬੱਚੇ ਆਪਸ਼ਨ ਆ ਜਾਏਗੀ ਤੁਹਾਡੀ B ਆਪਸ਼ਨ ਨੈਕਸਟ ਆ ਪਾਰਟੀਕਲ ਆਫ ਮਾਸ M ਮੂਵਿੰਗ ਵਿਦ ਸਪੀਡ V ਸਟ੍ਰਾਈਕ ਅ ਸਟੇਸ਼ਨਰੀ ਪਾਰਟੀਕਲ ਆਫ ਮਾਸ 2m ਐਂਡ ਸਟ੍ਰਾਈਕਸ ਇਟ ਓਨ ਦ ਸਪੀਡ ਆਫ ਦ ਵੈਲੋਸਿਟੀ ਹੁਣ ਬੱਚੀ ਵੈਲੋਸਿਟੀ ਕਿੰਨੀ ਹੋਏਗੀ ਜਿੱਦਾਂ ਹੀ ਉਹ ਟਕਰਾਇਆ ਤਾਂ ਪਹਿਲਾਂ ਕਿੰਨਾ ਸੀ m ਦੂਸਰੇ ਕਿਹਦੇ ਨਾਲ ਜਾ ਕੇ ਟਕਰਾਇਆ 2m vv ਪਹਿਲੇ ਦੇ ਨਾਲ ਵੀ v ਸੀ ਦੂਸਰੇ ਦੇ ਨਾਲ ਵੀ v ਸੀ ਵੈਲੋਸਿਟੀ ਸੇਮ ਰਹਿਣੀ ਆ ਸੋ ਅਸੀਂ ਕਾਮਨ ਬਾਰ ਕਢਾਲਤੀ ਠੀਕ ਹੈ ਜੀ ਸੋ ਅਸੀਂ ਹੁਣ ਫਾਈਨਲ ਵੈਲੋਸਿਟੀ ਕੈਪੀਟਲ v ਫਾਈਂਡ ਆਊਟ ਕਰਨੀ ਆ ਸੋ ਕਿੰਨਾ ਆ ਜਾਏਗਾ mv ਡਿਵਾਈਡਿਡ ਬਾਈ ਦੋਨਾਂ ਨੂੰ ਐਡ ਕੀਤਾ 3m एम ਦੇ ਨਾਲ ਐਮ ਕੈਨਸਲ ਸੋ v 3 ਸੋ so v 3 ਬੱਚੇ ਤੁਹਾਡਾ ਸੀ ਆਪਸ਼ਨ ਆ ਜਾਏਗਾ 13th ਦਾ 14th ਦੇਖੋ ਇੱਕ ਲਾਈਟਰ ਬਾਡੀ ਐਂਡ ਹੈਵੀ ਬਾਡੀ हैव इक्वल काइनेटिक एनर्जी ਦੋਨਾਂ ਦੀ काइनेटिक एनर्जी ਕੀ ਆ ਇਕੁਅਲ ਆ ਬੱਚੇ काइनेटिक एनर्जी ਕੀ ਹੁੰਦੀ ਆ p² 2m which has a greater momentum ਦੋਨਾਂ ਵਿੱਚੋਂ ਮੋਮੈਂਟਮ ਕਿਹਦਾ ਜ਼ਿਆਦਾ ਹੋਏਗਾ ਸੋ ਫਾਰਮੂਲੇ ਦੇ ਅਕੋਰਡਿੰਗਲੀ ਬੱਚੇ ਕੀ ਆ ਅਗਰ ਇੱਕ ਹੈਵੀ ਆ ਤੇ ਜਿਹਦੀ ਮਾਸ ਜ਼ਿਆਦਾ ਆ ਉਹਦੀ ਕਾਈਨੇਟਿਕ એનર્ਜੀ ਕੀ ਹੋਏਗੀ ਜ਼ਿਆਦਾ ਹੋਏਗੀ ਸੋ ਇੱਕ ਲਾਈਟਰ ਬਾਡੀ ਐ ਇੱਕ ਹੈਵੀ ਬਾਡੀ ਆ ਹੈਵ ਇਕੁਅਲ ਕਾਈਨੇਟਿਕ એનર્ਜੀ ਕਾਈਨੇਟਿਕ એનર્ਜੀ ਉਹਨਾਂ ਦੀ ਬਰਾਬਰ ਆ ਤਾਂ ਮੋਮੈਂਟਮ ਕਿ ਦਾ ਜ਼ਿਆਦਾ ਹੋਏਗਾ ਸੋ ਇਹਨੂੰ ਸਮਝਣ ਦੇ ਲਈ ਅੱਛੇ ਇਸ ਤਰ੍ਹਾਂ ਲਿਖੋ ਵੀ ਹੈਵ ਕਾਈਨੇਟਿਕ એનર્ਜੀ ਕਾਈਨੇਟਿਕ એનર્ਜੀ ਦੋਨਾਂ ਦੀ ਇਕੁਅਲ ਐ ਅਸੀਂ ਲਿਖਿਆ ਕਾਈਨੇਟਿਕ એનર્ਜੀ ਦੋਨਾਂ ਦੀ ਇਕੁਅਲ ਐ ਦਾ ਮਤਲਬ ਹਾਫ ਐਮ ਵੀ ਸਕੁਅਰ ਇਜ਼ ਇਕੁਅਲ ਟੂ ਹਾਫ ਐਮ ਟੂ ਸਕੁਅਰ ਹਾਫ ਦੇ ਨਾਲ ਹਾਫ ਕੈਨਸਲ ਸੋ m1v1 m2v2 ਦਾ ਹੋਲ ਸਕੁਅਰ ਜਿਹੜਾ ਇਕੁਅਲ ਆ ਗਿਆ ਅਸੀਂ ਕੀ ਕੀਤਾ 1/m1 ਦੇ ਨਾਲ ਇੱਧਰ ਮਾਸ ਦੇ ਨਾਲ ਮਲਟੀਪਲ ਡਿਵਾਈਡ ਕਰ ਦਿੱਤਾ ਔਰ ਇੱਧਰ m2 ਦੇ ਨਾਲ ਕਰ ਦਿੱਤਾ ਠੀਕ ਹੈ ਜੀ ਸਿਮਿਲਰਲੀ m1 ਦੇ ਨਾਲ ਮਲਟੀਪਲਾਈ m1 m1 ਕੀ ਹੋ ਜਾਏਗਾ m1 ਦਾ ਹੋਲ ਸਕੁਅਰ ਇੱਧਰ ਬਣ ਗਿਆ m2 ਦਾ ਹੋਲ ਸਕੁਅਰ ਐਦਾਂ ਕਿਉਂ ਕੀਤਾ ਕਿਉਂਕਿ ਸਾਡਾ m1 v1 ਬਚੀ ਕੀ ਆ ਜਾਏਗਾ ਮੋਮੈਂਟਮ ਸੋ ਆ ਗਿਆ ਸਾਡੇ ਕੋ ਪੀ1 ਦਾ ਸਕੁਅਰ ਡਿਵਾਈਡਡ ਬਾਈ m ਪੀ2 ਦਾ ਸਕੁਅਰ ਡਿਵਾਈਡਡ ਬਾਈ m2 ਇਹਦਾ ਮਤਲਬ ਜੇ ਤਾਂ ਮਾਸ ਜ਼ਿਆਦਾ ਹੋਏਗਾ ਸੋ ਆਪਾਂ ਇਦਾਂ ਵੀ ਇਹਨੂੰ ਲਿਖ ਸਕਦੇ ਹਾਂ ਪੀ1 ਸਕੁਅਰ ਡਿਵਾਈਡਡ ਬਾਈ ਪੀ2 ਸਕੁਅਰ ਇਸ ਇਕੁਅਲਸ ਟੂ ਆਹ ਟਰਮ ਉੱਤਰ ਗਈ m1 ਡਿਵਾਈਡਡ ਬਾਈ m2 ਇਹਦਾ ਮਤਲਬ ਜਿਹਦਾ ਮਾਸ ਜ਼ਿਆਦਾ ਹੋਏਗਾ ਉਹਦਾ ਮੋਮੈਂਟਮ ਵੀ ਕੀ ਹੋਏਗਾ ਜ਼ਿਆਦਾ ਹੋਏਗਾ ਸੋ ਸਿੰਪਲ ਜਿਹਦਾ ਮਾਸ ਜ਼ਿਆਦਾ ਸੋ ਮਾਸ ਕਿਹਦਾ ਆ ਹੈਵੀ ਬੋਡੀ ਦਾ ਜ਼ਿਆਦਾ ਆ सो so, यद मतलब मोमेंटम भी हैवी बॉडी का ज़्यादा होगा सो आंसर आजगा ए बच्चे फिफ्टीन क्वेश्चन देखो इफ अ वेलोसिटी ऑफ अ बॉडी बिकम्स डबल सो कनाइटिक एनर्जी देखो की फर्क पेगा हाफ एम वी स्क्यर बच्चे कनाइटिक एनर्जी आ उन्होंने क्या वेलोसिट जोड़ी डबल कर दीती वलोसिटी डबल कर दो मतलब कि टू वी स्ेयर सो असी की आ जाएगा हाफ एम टू टू ज फोर 20² ਇੱਥੇ ਲਿਖ ਦਿਓ 22 of 4 ਸੋ ਆ ਕਾਈਨੇਟਿਕ એનર્ਜੀ ਮਤਲਬ ਆ ਆ ਤਾਂ ਕਿੰਨਾ ਟਾਈਮਸ ਹੋ ਗਈ 4 ਟਾਈਮਸ ਸੋ ਸੀ ਆਪਸ਼ਨ ਆ ਜਾਏਗਾ ਤੁਹਾਡਾ 4 ਟਾਈਮਸ 16th ਕੁਐਸਚਨ ਦੇਖੋ ਇੱਕ ਹੈਵੀ ਬਾਡੀ ਆ ਔਰ ਇੱਕ ਲਾਈਟਰ ਬਾਡੀ ਆ ਹੈਵ ਇਕੁਅਲ ਮੋਮੈਂਟਮ ਹੁਣ ਉਹਨਾਂ ਦਾ ਮੋਮੈਂਟਮ ਸੇਮ ਆ ਵਿਚ ਵਨ ਹੈਜ਼ ਅ ਗ੍ਰੇਟਰ ਕਾਈਨੇਟਿਕ એનર્ਜੀ ਸੋ ਕਾਈਨੇਟਿਕ એનર્ਜੀ ਕਿਹਦੀ ਜ਼ਿਆਦਾ ਹੋਏਗੀ ਸਾਨੂੰ ਪਤਾ ਬੱਚੇ ਕਾਈਨੇਟਿਕ એનર્ਜੀ ਦਾ ਫਾਰਮੂਲਾ ਕੀ ਹੁੰਦਾ ਪੀ² ਡਿਵਾਈਡਿਡ ਬਾਈ 2m ਠੀਕ ਹੈ ਉਹਨਾਂ ਨੇ ਕੀ ਕਿਹਾ ਆ ਦੋਨਾਂ ਦਾ ਜਿਹੜਾ ਮੋਮੈਂਟਮ ਆ ਸੇਮ ਆ ਤਾਂ ਕਾਈਨੇਟਿਕ એનર્ਜੀ ਕਿਹਦੀ ਜ਼ਿਆਦਾ ਹੋਏਗੀ ਜਿਹਦਾ ਮਾਸ ਜ਼ਿਆਦਾ ਹੋਏਗਾ ਉਹਦੀ ਕਾਈਨੇਟਿਕ એનર્ਜੀ ਜ਼ਿਆਦਾ ਹੋਏਗੀ ਸੋ ਸਿੱਧਾ ਫਾਰਮੂਲੇ ਤੋਂ ਕਲੀਅਰ ਹੋ ਰਿਹਾ ਆ ਕਿ ਜਿਹਦਾ ਮਾਸ ਜ਼ਿਆਦਾ ਹੋਏਗਾ ਉਹਦੀ ਕਾਈਨੇਟਿਕ એનર્ਜੀ ਘੱਟ ਹੋਏਗੀ ਇਨਵਰਸਲੀ ਪ੍ਰੋਪੋਰਸ਼ਨਲ ਸੌਰੀ ਬੱਚੇ ਮੈਂ ਗਲਤ ਬੋਤਾ ਕਾਈਨੇਟਿਕ એનર્ਜੀ ਕਿਹਦੀ ਜ਼ਿਆਦਾ ਹੋਏਗੀ ਜਿਹਦਾ ਮਾਸ ਘੱਟ ਹੋਏਗਾ ਸੋ ਲਾਈਟਰ ਬਾਡੀ ਸੋ ਆਨਸਰ ਆ ਜਾਏਗਾ ਲਾਈਟਰ ਬਾਡੀ ਠੀਕ ਹੈ ਜੀ Uh, 16 ਦਾ ਆ ਗਿਆ ਆਪਣੇ ਕੋਲ A ਅਨਸਰ ਨੈਕਸਟ ਆ 1 ਜੌਲ ਇਜ਼ ਇਕੁਅਲ ਟੂ 1 ਜੌਲ ਕਿਤੇ ਇਕਲੋਂ ਦਾ 10 7 ਨੈਕਸਟ ਆ ਅ ਕੁਲੀ ਕੈਰੀਜ਼ 20 ਕਿਜੀ ਲੋਡ ਔਨ ਹਿਸ ਹੈਡ ਐਂਡ ਟ੍ਰੈਵਲਸ 100 ਮੀਟਰ ਔਨ ਅ ਸਟ੍ਰੇਟ ਹਾਰੀਜ਼ਨਟਲ ਰੋਡ ਇਹਦਾ ਮਤਲਬ ਡਿਸਪਲੇਸਮੈਂਟ ਇਧਰ ਆ ਤੇ ਫੋਰਸ ਉੱਪਰ ਵੱਲ ਨੂੰ ਹੈਡ ਵੱਲ ਨੂੰ ਲੱਗ ਰਿਹਾ ਉਹ ਕਹਿ ਰਿਹਾ ਕਿ ਵਰਕ ਡਨ ਕਿੰਨਾ ਹੋਏਗਾ ਸੋ ਵਰਕ ਡਨ ਕਿਤੇ ਇਕਲੋਂ ਦਾ ਆ ਫੋਰਸ ਐਫ ਐਸ ਕੋਸ थीटा थीटा कि 90 डिग्री कॉज 90 इक्वस टू जीरो इट मीनस वर्क डन कि हो गया जीरो सो डी इज अ राइट आंसर जीरो नैक्सट फोर्स डज मैक्सिमम वर्क ऑन द ऑब्जेक्ट, द एंगल बिटवीन द फोर्स एंड द डिस्प्लेसमेंट वैक्टर इज नाउ द मैक्सिमम फो वर्क डन मैक्सीमम वर्क द फोर्स डज मैक्सीम वर्क ऑन द ऑबजेक्ट कोई फोर्स लग रहा जिद करके मैक्सीम वर्क हो रहा है ਤਾਂ ਐਂਗਲ ਅਸੀਂ ਪਤਾ ਕਰਨਾ ਕਿ ਐਂਗਲ ਕਿੰਨਾ ਹੋਏਗਾ ਸੋ ਐਂਗਲ ਹੋਏਗਾ ਤੁਹਾਡਾ 0 ਕਿਦਾਂ 0 ਹੋਏਗਾ ਐਫ ਐਸ cos 0 cos 0° 1 ਸੋ ਮੈਕਸਿਮਮ ਵਰਕ ਡਨ ਉਦੋਂ ਹੋਏਗਾ ਜਦੋਂ ਐਂਗਲ 0 ਹੋਏਗਾ ਸੋ ਇਹ ਆਪਸ਼ਨ ਨੈਕਸਟ ਆ ਵਿਚ ਆਫ ਦਾ ਫੋਲੋਇੰਗ ਇਜ਼ অর ਨਾਟ ਅ ਯੂਨਿਟ ਆਫ એનર્ਜੀ ਯੂਨਿਟ ਆਫ એનર્ਜੀ ਨਾਲ ਵਿੱਚੋਂ ਕਿਹੜਾ ਇਕਾ ਜਿਹੜਾ ਯੂਨਿਟ ਆਫ એનર્ਜੀ ਨਹੀਂ ਆ ਜਾਊਲ એનર્ਜੀ ਦੇ ਯੂਨਿਟਸ ਆ ਕਿਲੋ ਆਰਜ਼ एनर्जी के यूनिट्स इलेक्ट्रॉन वोल्ट ऑलसो एनर्जी के यूनिट्स वॉट जड़े पावर के यूनिट्स आ सो डी ऑप्शन इज द राइट आंसर बच्चे जो हूँ अस एम सी यूज़ करन जा रहे हैं मोस्ट इंपॉर्टेंट आ ध्यान न कर लेना नंबर वन द काइनेटिक एनर्जी ऑफ वन के जी मास ऑफ वन जूल दैन इट्स वेलोसिटी इज सो वन के जी वन के जी की है मास वन जूल ਜਿਹੜੀ ਆ ਤੁਹਾਡੀ ਕਾਈਨੇਟਿਕ એનર્ਜੀ ਆ ਉਹ ਕਹਿੰਦੇ ਵੈਲੋਸਟੀ ਕਿੰਨੀ ਆ ਸੋ ਬੱਚੇ ਕਾਈਨੇਟਿਕ એનર્ਜੀ ਦਾ ਫਾਰਮੂਲਾ ਕੀ ਹੁੰਦਾ ਹਾਫ ਐਮ ਵੀ ਸਕੁਅਰ ਸੋ ਵੀ ਸਕੁਅਰ ਕਿਹਦੇ ਇਕੁਅਲ ਆ ਜਾਏਗਾ 2 ਉਧਰ ਚਲਾ ਜਾਏਗਾ 2 ਕਾਈਨੇਟਿਕ એનર્ਜੀ ਡਿਵਾਈਡਿਡ ਬਾਈ ਐਮ ਸੋ 2 ਮਲਟੀਪਲਾਈ ਬਾਈ 1 ਓਵਰ 1 ਸੋ 1 ਓਵਰ 1 ਕੱਟ ਗਿਆ ਰਹਿ ਗਿਆ 2 ਸਕੁਅਰ ਬੱਚੇ ਦੂਸਰੀ ਤਰਫ ਚਲ ਜਾਏਗਾ ਤਾਂ ਬਣ ਜਾਏਗਾ ਅੰਡਰ ਰੂਟ 2 ਸੋ ਏ ਆਪਸ਼ਨ ਆ ਜਾਏਗਾ ਅੰਡਰ ਰੂਟ 2 ਮੀਟਰ ਪਰ ਸੈਕਿੰਡ ਸਕੁਅਰ ਹੈ ਨੈਕਸਟ ਆ 4th ਤੁਹਾਨੂੰ 기ਵਨ ਆ 1 4 i cap 2 j cap s vector is equals to 3 i cap 4 3 i 4 k what is the work done hun work done bachee thanu no, bataya work done kede kunda force into displacement so force kinni hai 4 i 2 j aur s kinna hai, hai 3 i 4 k i nu i na multiply kar sakde hain ta j j nu no, j na k nu no, k na no. so j k aur जे दिया वैल्यूज़ नहीं है सो इनू मल्टीप्लाई नहीं कर सकते सो फोर थ्री इज आर ट्वैल्व सो ट्वेल्व यू यूनिट्स मतलब कि सी इज़ आ राइट आंसर द फोर्स ऑफ वन न्यूटन ऑन द मास ऑफ जीरो पॉइंट फाइव ग्राम प्रोड्यूसिज एंड एक्सरेशन ऑफ कि जी एक्सरेशन है वो प्रोड्यूस करेगा सो बच्चे फोर्स किल हों मास इंटू एक्सरे सो एक्सरे को आएगा फोर्स डिवाइड बाय मास फोर्स कि वन न्यूटन और मास कि जीरो पॉइंट फाइव सो जीरो पॉइंट फाइव ਅ ਬੱਚੇ ਇਹਨੂੰ ਸੋਲਵ ਕਰਕੇ ਦੇਖ ਲਓ 0.5 ਗ੍ਰਾਮ ਹੈ ਸੋ ਇਹਨੂੰ ਕਨਵਰਟ ਕਰੋ ਪਹਿਲਾਂ ਕਿਲੋਗ੍ਰਾਮ ਦੇ ਵਿੱਚ ਸੋ ਆ ਗਿਆ ਸਾਡੇ ਕੋਲ ਇਸ ਤਰੀਕੇ ਨਾਲ ਡਿਵਾਈਡਿਡ ਬਾਈ 1000 ਸੋ ਆ ਵੀ ਪੁਆਇੰਟ ਸ਼ਿਫਟ ਕਰ ਦਾਂਗੇ ਤਾਂ ਬੱਚੇ 5 ਇੰਟੂ 10 ਰੈਸ਼ਿਓ ਦੀ ਪਾਵਰ -4 माँनस -4 ਉੱਪਰ ਗਿਆ ਤਾਂ ਪਲੱਸ ਤੇ 4 نیچے 5 ਰਹਿ ਗਿਆ ਠੀਕ ਹੈ ਸੋ 5 ਨੂੰ ਜਦੋਂ ਬੱਚੇ 1000 ਇਹਦੇ ਨਾਲ ਸੋਲਵ ਕਰਾਂਗੇ 5 2s ਆ ਸੋ ਬੱਚੇ ਤੁਹਾਡਾ ਆਨਸਰ ਆ ਜਾਏਗਾ 2000 ਸੋ so, ਇੱਥੇ 2000 ਆਏਗਾ ਸੋ ਸੀ ਆਪਸ਼ਨ ਆ 2000 ਮੀਟਰ ਪਰ ਸੈਕਿੰਡ फोर्थ ਕੁਐਸਚਨ ਦੇਖੋ ਅ 5 kg weight ਹੁਣ ਤੁਹਾਨੂੰ ਮਾਸ 기ਵਨ ਹੈ ਇਸ ਐਕਸੈਲੇਟਡ ਫਰੋਮ ਅ ਰੈਸਟ ਆਫ ਰੈਸਟ ਤੋਂ ਮਤਲਬ ਕਿ u ਦੀ ਵੈਲਿਊ ਕਿੰਨੀ ਆ 0 60 ਮੀਟਰ ਫਾਈਨਲ ਜਿਹੜੀ ਆ ਵੈਲੋਸਟੀ ਆ 60 ਮੀਟਰ ਪਰ ਸੈਕਿੰਡ ਇਨ 1 ਸੈਕਿੰਡ ਠੀਕ ਹੈ सो सानू सिक्सटी गिवन है टाइम कि वन सैकेंड सू गिवन है सो असी फोर्स पता करनी फोर्स के होंगी मास वलोसटी फाइनल वलोसटी माइनस इनिशियल वलोसटी डिवाइड बाय टी एम कि बचे थोड़े को फाइव सिक्सटी माइनस जीरो डिवाइड बाय वन सो मल्टीप्लाई करो सा गया सिक्स हंडर्ड न्यूटन सो बी आंसर आ जाएगा सिक्स हंडर्ड न्यूटन नैक्सट आओ वर्कडन अगर एफ डॉट एस इक्व टू जीरो आ ਜਦੋਂ ਤੁਹਾਨੂੰ ਕੰਡੀਸ਼ਨ गिवन ਆ ਨਾ ਕਿ f ਇਸ ਨਾਟ ਇਕਵਲ ਟੂ 0 ਆ s ਇਸ ਨਾਟ ਇਕਵਲ ਟੂ 0 ਆ ਦੈਨ ਕੀ ਚੀਜ਼ ਹੋਏਗੀ ਬੱਚੇ f.s 0 ਕਦੋਂ ਹੁੰਦਾ ਜਦੋਂ fs cos 90 ਡਿਗਰੀ ਹੋਵੇ cos 90 0 ਇਹਦਾ ਮਤਲਬ ਵਰਕ ਡਨ ਤੁਹਾਡਾ ਕਿੰਨਾ ਆਜੂਗਾ 0 ਇਹਦਾ ਮਤਲਬ 90 ਡਿਗਰੀ ਮਤਲਬ ਪਰਪੈਂਡੀਕੂਲਰ f ਇਸ ਪਰਪੈਂਡੀਕੂਲਰ ਟੂ s ਠੀਕ ਹੈ ਜੀ ਸੋ ਨੈਕਸਟ ਦੇਖੋ ਇਫ ਅ ਸਪ੍ਰਿੰਗ ਇਸ ਸਟ੍ਰੈਚ ਇਟਸ ਪੋਟੈਂਸ਼ੀਅਲ એનર્ਜੀ ਮੰਨ ਲਓ ਤੁਹਾਡਾ ਕੋਈ ਸਪਰਿੰਗ ਆ ਇਸ ਤਰੈਕੇ ਦਾ ਅਗਰ ਉਹਨੂੰ ਤੁਸੀਂ ਖਿੱਚਦੇ ਆ ਬਾਹਰ ਵਾਲੇ ਪਾਸੇ ਨੂੰ ਖਿੱਚਦੇ ਆ ਤਾਂ ਕਹਿੰਦੇ ਪੋਟੈਂਸ਼ੀਅਲ એનર્ਜੀ ਕੀ ਹੋ ਜਾਏਗੀ ਤੁਹਾਡੀ ਜਿਹੜੀ ਪੋਟੈਂਸ਼ੀਅਲ એનર્ਜੀ ਆ ਉਹ ਇਨਕਰੀਜ਼ ਹੋ ਜਾਏਗੀ ਨੈਕਸਟ ਆ ਅ ਬਾਲ ਪ੍ਰੋਜੈਕਟਡ ਅਪਵਰਡ ਕੋਈ ਬਾਲ ਨੂੰ ਤੁਸੀਂ ਉੱਪਰ ਵੱਲ ਚੱਕ ਕੇ ਮਾਰਿਆ ਐਜ਼ ਇਟ ਰਾਈਜ਼ देयर ਇਜ਼ ਐਨ ਇਟਸ ਤਾਂ ਕਿਹੜੀ ਚੀਜ਼ ਆ ਜਿਹੜੀ ਰਾਈਜ਼ ਕਰ ਜਾਏਗੀ ਥੈਟ ਇਜ਼ ਪੋਟੈਂਸ਼ੀਅਲ એનર્ਜੀ ਠੀਕ ਹੈ ਜੀ ਪੋਟੈਂਸ਼ੀਅਲ એનર્ਜੀ ਜਿਹੜੀ ਰਾਈਜ਼ ਕਰ ਜਾਏਗੀ ਇਫ ਅ ਬਾਲ ਆਫ ਅ ਬਾਡੀ ਬਿਕਮਸ ਡਬਲ ਅਗਰ ਅਸੀਂ ਕਿਸੇ ਬੱਚੇ ਹੁਣੇ ਆ ਕੁਐਸਚਨ ਆਪਾਂ ਕਰਕੇ ਵੀ ਹਟੇ ਆ ਕਿ ਡਬਲ ਕਰ ਦਾਂਗੇ ਤਾਂ ਕਾਈਨੈਟਿਕ એનર્ਜੀ ਨੂੰ ਕੀ ਹੋਊਗਾ 4 ਟਾਈਮਸ ਆਪਾਂ ਹੁਣੇ ਹੁਣੇ ਸੋਲਵ ਕਰਕੇ ਹਟੇ ਆ ਨੈਕਸਟ ਦੇਖੋ ਵੈਨ ਅ ਬਾਡੀ ਇਜ਼ ਸਟੇਸ਼ਨਰੀ ਅਗਰ ਕੋਈ ਬਾਡੀ ਸਟੇਸ਼ਨਰੀ ਆ ਦੈਨ ਕੀ ਹੋਏਗਾ देयर इज नो ਫੋਰਸ ਫੋਰਸ ਤਾਂ ਬੱਚੇ ਹੋਏਗਾ ਹੀ ਹੋਏਗਾ ਚਾਹੇ ਤੁਸੀਂ ਰੈਸਟ ਦੇ ਵਿੱਚ ਵੀ ਆ ਫੋਰਸ ਐਕਟਿੰਗ ਔਨ ਇਟ ਆਰ ਨਾਟ ਇਨ ਕੰਟੈਕਟ ਇਹ ਨਹੀਂ ਹੋ ਸਕਦਾ ਤਾਂ ਕੰਬੀਨੇਸ਼ਨ ਆਫ ਦਾ ਫੋਰਸ ਐਕਟਿੰਗ ਔਨ ਦਾ ਬੈਲੈਂਸ ਈਚ ਅਦਰ ਇੱਕ ਦੂਸਰੇ ਨੂੰ ਬੈਲੈਂਸ ਕਰ ਦੇਗਾ ਵੈਕਿਊਮ ਨਹੀਂ ਹੋਏਗਾ ਸੋ ਸੀ ਆਪਸ਼ਨ ਆ ਜਾਏਗਾ ਨੈਕਸਟ ਆ ਦਾ ਐਂਗਲ ਬੀਟਵੀਨ ਦਾ ਫ੍ਰਿਕਸ਼ਨਲ ਫੋਰਸ ਐਂਡ ਇਨਸਟੈਂਟੇਨੀਅਸ ਵੈਲੋਸਟੀ ਆਫ ਦਾ ਬੋਡੀ ਮੂਵਿੰਗ ਓਵਰ ਅ ਰਫ ਸਰਫੇਸ ਸੋ ਬੱਚੇ ਰਫ ਸਰਫੇਸ ਤੇ ਜਦੋਂ ਵੀ ਉਹ ਕੰਮ ਕਰਦਾ ਤਾਂ ਜਿਹੜਾ ਆ ਐਂਗਲ ਆ ਉਹ ਪਾਈ ਹੁੰਦਾ ਸੋ ਆਨਸਰ ਆ ਜਾਏਗਾ ਪਾਈ ਦਾ ਕਾਰ ਇਸ ਟੇਕਿੰਗ ਅ ਟਰਨ ਔਨ ਅ ਲੈਵਰ ਰੋਡ ਇਟ ਮੇ ਬੀ ਥਰੋਨ ਅਪਵਰਡ ਬਿਕਾਜ਼ ਆਫ ਕਹਿੰਦੇ ਅਗਰ ਇੱਕ ਕਾਰ ਟਰਨ ਕਰਦੀ ਹੈ ਕਿ ਲੈਵਰ ਰੋਡ ਦੇ ਉੱਪਰ ਤਾਂ ਆਊਟਵਰਡ ਜਿਹੜੀ ਆ ਕਿਹੜੀ ਚੀਜ਼ ਹੋਏਗੀ ਅਗਰ ਉਹ ਬਾਹਰ ਵੱਲ ਨੂੰ ਗਿਰਦਾ ਹੈ ਤਾਂ ਮਤਲਬ ਸੈਂਟ੍ਰੀਪਿਟਲ ਫੋਰਸ ਜਿਹੜੀ ਆ ਉਹ ਘਟ ਗਈ ਤਾਂ ਹੀ ਬੰਦਾ ਬਾਹਰ ਵਾਲੇ ਪਾਸੇ ਨੂੰ ਗਿਰ ਗਿਆ ਸੋ ਲੈਕ ਆਫ ਸੈਂਟ੍ਰੀਪਿਟਲ ਫੋਰਸ ਨੈਕਸਟ ਰਿਸ਼ੋ ਫੋਰਸ ਐਂਡ ਐਕਸਲਰੇਸ਼ਨ ਮੈਜਰਸ ਅਗਰ ਅਸੀਂ ਫੋਰਸ ਡਿਵਾਈਡਿਡ ਬਾਈ ਐਕਸਲਰੇਸ਼ਨ ਲੈ ਲਈਏ ਤਾਂ ਜਿਹੜੀ ਇਹ ਟਰਮ ਆ ਉਹ ਕਿਹਦੇ ਇਕੁਅਲ ਬਣਦੀ ਆ ਸੋ ਬੱਚੇ ਬਣਦੀ ਆ ਮਾਸ ਦੇ ਇਕੁਅਲ ਕਿਉਂਕਿ ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ ਹੁੰਦਾ ਅਗਰ ਅਸੀਂ ਮਾਸ ਨਿਕਾਲੀਏ ਫੋਰਸ ਓਵਰ ਏਰੀਆ ਤਾਂ ਉਹ ਕੀ ਆ ਜਾਊਗਾ ਤੁਹਾਡਾ ਮਾਸ ਬਟ ਇੱਥੇ ਮਾਸ ਕੋਈ ਆਪਸ਼ਨ ਨਹੀਂ ਆ ਸੋ ਆਨਸਰ ਆ ਜਾਏਗਾ ਨਨ ਨੈਕਸਟ ਆ 10 ਪੈਸਾ ਕੋਇਨ ਇਜ਼ ਪਲੇਸਡ ਔਨ ਅ ਰਿਵੋਲਵਿੰਗ ਟੇਬਲ ਫਲਾਈਂਗ ਔਨ ਅ ਟੈਂਜੈਂਟਲੀ ਅਗਰ ਅਸੀਂ ਕੋਈ 10 ਪੈਸਾ ਕੋਇਨ ਕਿਸੇ ਫਲਾਈਂਗ ਟੇਬਲ ਦੇ ਉੱਪਰ ਰੱਖ ਦਈਏ ਤਾਂ ਪੈਸੇ ਨੂੰ ਕੀ ਹੋਏਗਾ ਉਹ ਬਾਹਰ ਵੱਲ ਨੂੰ ਗਿਰ ਜਾਏਗਾ ਟੈਂਜੈਂਟਲੀ ਠੀਕ ਹੈ ਸੋ ਇੱਥੇ ਕੋਇਨ ਰੱਖਿਆ ਜਿੱਦਾਂ ਹੀ ਆ ਟੇਬਲ ਨੂੰ ਘੁਮਾਇਆ ਤਾਂ ਇਹਨੇ ਸਿੱਧਾ ਇੱਧਰ ਨੂੰ ਜਾ ਕੇ ਗਿਰ ਜਾਣਾ ਕਿਉਂ ਗireਗਾ ਨਰਸ਼ੀ ਆਫ ਡਾਇਰੈਕਸ਼ਨ ਦੀ ਵਜ੍ਹਾ ਨਾਲ ਸੋ ਆਨਸਰ ਆ ਜਾਏਗਾ ਨਰਸ਼ੀ ਆਫ ਡਾਇਰੈਕਸ਼ਨ ਵੈਨ ਦਾ ਫੋਰਸ ਰਿਟਾਰਟਸ ਦਾ ਮੋਸ਼ਨ ਆਫ ਅ ਬਾਡੀ ਦੈਨ ਵਰਕ ਡਨ ਤਾਂ ਵਰਕ ਡਨ ਕਿੱਦਾਂ ਦਾ ਹੋਏਗਾ ਅਗਰ ਕਿਸੇ ਬਾਡੀ ਦੀ ਜੜੀ ਆ ਅਸੀਂ ਮੋਸ਼ਨ ਨੂੰ ਰਿਟਾਰਡ ਕਰ ਦਿੰਨੇ ਆ ਤਾਂ ਵਰਕ ਡਨ ਵੀ ਜਿਹੜਾ ਆ ਨੈਗੇਟਿਵ ਚ ਚਲ ਜਾਏਗਾ ਸੋ f fs ਬਚੇ ਨੈਗੇਟਿਵ ਦੇ ਵਿੱਚੋਂ ਅਗਰ ਆਨਸਰ ਆ ਰਿਹਾ ਠੀਕ ਹੈ ਰਿਟਾਰਡੇਸ਼ਨ ਫੋਰਸ ਮਾਸ ਇੰਟੂ ਐਕਸਲਰੇਸ਼ਨ ਹੁੰਦਾ ਅਗਰ ਐਕਸਲਰੇਸ਼ਨ ਅਸੀਂ ਨੈਗੇਟਿਵ ਚ ਕਰਦੀ ਹੈ ਤਾਂ ਤੁਹਾਡਾ ਫੋਰਸ ਵੀ ਨੈਗੇਟਿਵ ਦੇ ਵਿੱਚ ਆ ਜਾਏਗਾ ਸੋ ਆਨਸਰ ਆ ਜਾਏਗਾ ਵਰਕ ਡਨ ਨੈਗੇਟਿਵ ਵਿਚ ਆਫ ਦਾ ਫੋਲੋਇੰਗ ਇਜ਼ ਕਨਜ਼ਰਵਡ ਡਿਊਰਿੰਗ ਦਾ ਇਲਾਸਟਿਕ ਕੋਲੀਜਨ ਇਲਾਸਟਿਕ ਕੋਲੀਜਨ ਦੇ ਦੌਰਾਨ ਕਿਹੜੀ ਚੀਜ਼ ਆ ਜਿਹੜੀ ਕਿ ਕਨਜ਼ਰਵ ਰਹਿੰਦੀ ਆ ਨੰਬਰ 1 ਇਜ਼ ਮੋਮੈਂਟਮ ਮੋਮੈਂਟਮ ਕਨਜ਼ਰਵ ਰਹਿੰਦਾ એનર્ਜੀ ਵੀ ਕਨਜ਼ਰਵ ਰਹਿੰਦੀ ਆ ਕਾਈਨੇਟਿਕ એનર્ਜੀ ਵੀ ਕਨਜ਼ਰਵ ਰਹਿੰਦੀ ਆ ਸੋ ਆਨਸਰ ਆ ਜਾਏਗਾ 올 ਆਫ ਅਬਵ ਸੁਬਚੇ ਚੇਂਜ ਇਨ ਮੋਮੈਂਟਮ ਕਿਦੇ ਇਕੁਅਲ ਆ ਸੋ ਇਦਾਂ ਦੇ ਮੋਸਟ ਇੰਪੋਰਟੈਂਟ ਕੁਐਸਚਨ ਆ ਇਹ ਧਿਆਨ ਨਾ ਕਰ ਲੈਣਾ ਸੋ ਬੱਚੇ ਸਾਨੂੰ ਉਹਨਾਂ ਨੇ ਚੇਂਜ ਇਨ ਮੋਮੈਂਟਮ ਆ ਠੀਕ ਹੈ ਦੈਟ ਇਜ਼ ਆਈ ਇਕੁਅਲ ਟੂ ਐਫ ਐਵੀ ਕ੍ਰੋਸ ਟੀ ਸੋ ਸਾਡਾ ਬੱਚੇ ਬੀ ਆਨਸਰ ਆ ਜਾਏਗਾ ਫੋਰਸ ਇੰਟੂ ਟਾਈਮ ਨੈਕਸਟ ਆ ਪਾਵਰ ਪਾਵਰ ਕਿਦੇ ਇਕੁਅਲ ਹੁੰਦਾ ਫੋਰਸ ਇੰਟੂ ਵੈਲੋਸਿਟੀ ਸੋ ਸਾਡਾ ਆਨਸਰ ਆ ਜਾਏਗਾ ਸੀ ਫੋਰਸ ਇੰਟੂ ਵੈਲੋਸਿਟੀ ਦ ਸੈਂਟ੍ਰਿਫਿਗਲ ਫੋਰਸ ਆਫ ਅ ਕਾਰ 무ਵਸ ਔਨ ਅ ਰੋਡ ਇਸ ਗਿਵਨ ਬਾਈ ਸੋ ਕੀ ਹੁੰਦਾ ਐ ਐਕਚੁਅਲੀ ਉਥੇ ਫ੍ਰਿਕਸ਼ਨ ਫੋਰਸ ਜਿਹੜੀ ਟਾਇਰਸ ਦੇ ਵਿੱਚ ਘਾਰਾ ਹੋ ਜਾਂਦੀ ਆ ਸੋ ਆਪਾਂ ਸਿੰਪਲ ਇਹਦਾ ਇਹ ਆਨਸਰ ਆ ਜਾਏਗਾ ਫ੍ਰਿਕਸ਼ਨ ਡਿਊ ਟੂ ਟਾਇਰਸ ਨੈਕਸਟ ਆ ਦ ਰਿਲੇਸ਼ਨਸ਼ਿਪ ਬੀਟਵੀਨ ਲਿਮਿਟਿੰਗ फ्रिक्शन एंड अ नॉर्मल रिएक्शन सो सू पता बच्चे एफ के दुल डायरेक्टली प्रोपोर्शनल टू आर सो एफ इक्व टू म्यू आर सो so, इतने म्यू आर आ जाएगा एफ इज इक्व टू म्यू आर ठीक है इस तरह का म्यू आ म्यू आर नैक्सट आ टाइम रेट ऑफ चेंज ऑफ मोमेंटम इज गिवन बाय सो रेट ऑफ चेंज ऑफ मोमेंटम दैट इज़ किलोग्राम मीटर पर सैकेंड डिवाइड बाय टाइम दैट इज़ एस सो एस उपर जाएगा बच्चे साढ़े को आ जाएगा किलोग्राम मीटर ਪਰ ਸਕਿੰਡ ਸਕਰ ਠੀਕ ਹੈ ਜੀ ਸੋ ਏ ਆਪਸ਼ਨ ਆ ਜਾਏਗਾ ਤੁਹਾਡਾ ਕਿਲੋਗ੍ਰਾਮ ਮੀਟਰ ਪਰ ਸਕਿੰਡ ਸਕਰ ਠੀਕ ਹੈ ਜੀ ਸੋ ਏ ਸੀ ਬੱਚੇ ਇੰਪੋਰਟੈਂਟ ਕੁਐਸਚਨ ਜ਼ਰੂਰ ਕਰਕੇ ਜਾਣਾ ਬੱਚੇ ਕੱਲ ਦੇ ਪੇਪਰ ਲਈ ਸੋ ਡੈਫੀਨੇਟਲੀ 100% ਸ਼ੋਰ ਆ ਕਿ ਤੁਹਾਨੂੰ ਇਹਦੇ ਵਿੱਚੋਂ ਮੋਸਟ ਇੰਪੋਰਟੈਂਟ ਕੁਐਸਚਨ ਜਿਹੜੇ ਆ ਪੇਪਰ ਦੇ ਵਿੱਚ ਜ਼ਰੂਰ ਮਿਲ ਜਾਣਗੇ ਕਿਉਂਕਿ ਉਨੇ ਕ ਕੁਐਸਚਨ ਕਰਵਾਏ ਗਏ ਆ ਜਿਹੜੇ ਤੁਹਾਡੇ ਸੀਬੀਐਸ ਸੌਰੀ ਪੰਜਾਬ ਬੋਰਡ ਦੇ ਲੈਵਲ ਦੇ ਨੇ ਮੋਸਟ ਇੰਪੋਰਟੈਂਟ ਆ ਵੀਡੀਓ ਲਾਈਕ ਜ਼ਰੂਰ ਕਰ ਦੇਣਾ ਬੱਚੇ ਸ਼ੇਅਰ ਜ਼ਰੂਰ ਕਰ ਦੇਣਾ ਔਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਥੈਂਕ ਯੂ AHHHHH <laughs>